ਅੱਜ ਦੀ ਵੀਡੀਓ ਨਾ ਬਾਹਲੀ ਰੌਚਕ ਹੋਣ ਵਾਲੀ ਆ। ਇੱਕ ਗੱਲ ਤਾਂ ਇਹ ਆ ਕਿ ਆਪਾਂ ਕੈਮਰਾਮੈਨ ਨਵਾਂ ਪੱਟ ਲਿਆ। ਇਹ ਕੈਮਰਾ ਸੱਚੀ ਚਲਾ ਰਿਹਾ ਬੰਦਾ। ਇਹਦਾ ਸੀਨ ਮਗਰਲੇ ਪਾਸੇ ਤੁਹਾਨੂੰ ਦਿਖਾਉਣਾ, ਇਹਦਾ ਬਣਾਇਆ ਹੋਇਆ ਆ ਸੀਨ। ਅਤੇ ਦੂਜਾ, ਅੱਜ ਬਲੈਕ ਐਰੋ ਘੋੜੇ ਨੂੰ ਚਾਲ ਦਿਖਾਉਣੀ ਹੈ ਇਹਦੀ। ਇਹ ਘੋੜਾ 5-6 ਸਾਲ ਦਾ ਹੋ ਗਿਆ ਅਤੇ ਕਿਸੇ ਨੇ ਇਹਨੂੰ ਚਾਲ ਨਹੀਂ ਤੋਰਿਆ। ਬੂਟਾ ਕੋਚ ਇਹਨੂੰ ਪਿਛਲੇ 5-6 ਦਿਨਾਂ ਤੋਂ 10 ਦਿਨਾਂ ਤੋਂ ਟ੍ਰੇਨਿੰਗ ਦੇ ਰਿਹਾ ਸੀਗਾ ਚੱਲਣ ਦੀ। ਅਤੇ ਅੱਜ ਆਪਾਂ ਇਹਨੂੰ ਚੈੱਕ ਪਾਸ ਕਰਨਾ, ਯਾਨੀ ਕਿ ਤੁਸੀਂ ਅਤੇ ਆਪਾਂ ਸਾਰਿਆਂ ਨੇ ਰਲ ਕੇ ਇਹਨੂੰ ਪਾਸ ਕਰਨਾ। ਬਾਬੇ ਨੇ ਇਹਨੂੰ ਪਹਿਲਾਂ ਤਾਂ ਬੰਦੇ ਨੂੰ ਬਿਠਾਉਣਾ ਸਿਖਾਇਆ ਕਿ ਨਾਲ ਲੱਗ ਕੇ ਬਿਠਾਈ ਦਾ ਕਿਸੇ ਉੱਚੇ ਥਾਂ ਤੋਂ, ਉਸ ਥਾਂ ਤੋਂ ਖੈਰ ਇਹ ਪਾਸ ਆ ਲੱਗ ਜਾਂਦਾ ਸੀਗਾ ਜਿੱਥੇ ਵੀ ਲਾਈਏ। ਦੂਜਾ, ਆਪਾਂ ਇਹਦੀ ਚਾਲ ਚੈੱਕ ਕਰਨੀ ਆ। ਅਤੇ ਇੱਕ ਗੱਲ ਇਹ ਆ ਕਿ ਇਹ ਘੋੜਾ ਬਹੁਤ ਹੀ ਸ਼ੌਂਕ ਨਾਲ ਬਾਈ ਕੁਲਵੰਤ ਸਿੰਘ ਰਾਮੇ ਪਿੰਡ ਵਾਲਿਆਂ ਦਾ ਰੱਖਿਆ ਹੋਇਆ, ਜਿਹੜਾ ਪਿੰਡ ਬਿਲਾਸਪੁਰ ਦੇ ਨਾਲ ਰਾਮਾ, ਜ਼ਿਲ੍ਹੇ ਮੋਗੇ ਦੇ ਵਿੱਚ। ਜੇ ਤਾਂ ਕਿਸੇ ਬੰਦੇ ਨੂੰ ਘੋੜਾ ਪਸੰਦ ਆ ਜਾਵੇ, ਐਵੇਂ ਹੀ ਸੋਹਣਾ ਲੱਗ ਜਾਵੇ, ਤਾਂ ਉਹ ਮੀਟਿੰਗ ਲਈ ਬਾਈ ਕੁਲਵੰਤ ਨਾਲ ਗੱਲ ਕਰ ਸਕਦਾ। ਮਤਲਬ ਘੋੜਾ ਵਿਕਾਊ ਨਹੀਂ ਗਾ, ਮੀਟਿੰਗ ਲਈ ਤੁਸੀਂ ਫੋਨ ਕਰ ਸਕਦੇ ਹੋ ਬਾਈ ਕੁਲਵੰਤ ਨੂੰ। ਅਤੇ ਜੇ ਕਿਸੇ ਨੂੰ ਘੋੜੇ ਦੀ ਚਾਲ ਚੰਗੀ ਪਈ ਵੀ ਪਸੰਦ ਆ ਜਾਵੇ, ਤਾਂ ਤੁਸੀਂ ਬੂਟੇ ਕੋਚ ਨੂੰ ਘੋੜਿਆਂ ਦੀ ਚਾਲ ਪਾਉਣ ਲਈ ਫੋਨ ਕਰ ਸਕਦੇ ਹਾਂ। ਘੋੜਾ ਚਾਲ ਚੰਗੀ ਤੁਰ ਰਿਹਾ, ਬੰਦੇ ਨੂੰ ਭੜਕਾ ਨਹੀਂ ਰਿਹਾ। ਜਿਵੇਂ ਇੰਨੇ ਚਿਰ ਦਾ ਘੋੜਾ ਮਤਲਬ ਕਮਚਾਲਾ ਅਸੀਂ ਕਹਿ ਸਕਦੇ ਹਾਂ ਕਿ ਜਿਹਨੂੰ ਤੋਰਿਆ ਨਹੀਂ ਸੀ ਕਿਸੇ ਨੇ ਚਾਲ, ਉਹ ਘੋੜਾ ਚਾਲ ਪੈ ਗਿਆ, ਤਾਂ ਇੱਕ ਵਧੀਆ ਮੇਰੇ ਹਿਸਾਬ ਨਾਲ ਇਹ ਉਪਲਬਧੀ ਵਾਲੀ ਗੱਲ ਆ। ਅਤੇ ਘੋੜਾ ਇਕੱਲਾ ਫਿਰ ਬੂਟੇ ਕੋਚ ਤੋਂ ਹੀ ਨਹੀਂ ਅਸੀਂ ਤਰਾਇਆ, ਅਸੀਂ ਵੀ ਆਪ ਬਿਲਕੁਲ ਅਣਜਾਣ ਬੰਦੇ ਹਾਂ ਜਿਨ੍ਹਾਂ ਨੂੰ ਸਾਨੂੰ ਘੋੜਾ ਤੋਰਨਾ ਹੀ ਨਹੀਂ ਆਉਂਦਾ, ਬਸ ਉੱਤੇ ਬੈਠਣਾ ਹੀ ਆਉਂਦਾ ਕਹਿ ਸਕਦੇ ਹਾਂ। ਅਤੇ ਸਾਡੇ ਤੋਂ ਵੀ ਚੰਗਾ ਤੁਰਿਆ ਸੀ, ਉਹ ਵੀ ਤੁਹਾਨੂੰ ਅੱਗੇ ਵੀਡੀਓ ਦਿਖਾਉਂਦੇ ਹਾਂ। ਪਹਿਲਾਂ ਫਿਲਹਾਲ ਤੁਸੀਂ ਪਾਸ ਕਰੋ ਕਿ ਦੇਖੋ ਬੂਟਾ ਬਾਬਾ ਉੱਤੇ ਬੈਠਾ, ਅਤੇ ਇਹ ਘੋੜਾ ਬਿਲਕੁਲ ਉਹਨੂੰ ਉਹਦੇ ਮੋਢੇ ਨਹੀਂ ਬੁੜਕ ਰਹੇ। ਉੱਦਾਂ ਤਾਂ ਘੋੜਾ ਜਦੋਂ ਚੱਲੂਗਾ ਤਾਂ ਅਕਸਰ ਮਤਲਬ ਹਿਲਜੁਲ ਤਾਂ ਕਰੂਗਾ ਹੀ, ਪਰ ਬੰਦੇ ਦੇ ਉੱਪਰ ਬੈਠੇ ਨੂੰ ਧੜਕਾ ਨਹੀਂ ਵੱਜਣਾ ਚਾਹੀਦਾ ਹੁੰਦਾ, ਕਿ ਉਹਦੀਆਂ ਬੱਖੀਆਂ ਨਹੀਂ ਭੰਨਣੀਆਂ ਚਾਹੀਦੀਆਂ ਹੁੰਦੀਆਂ। ਉਹ ਚੀਜ਼ ਤਕਰੀਬਨ ਉਹ ਚਾਲ ਆ ਜਿਹੜਾ ਘੋੜਾ ਉਹ ਕੱਢ ਗਿਆ। ਆਪਾਂ ਐਵੇਂ ਕਹਿ ਸਕਦੇ ਹਾਂ ਕਿ ਜਿੰਨੀ ਕੁ ਮੈਨੂੰ ਜੱਜਮੈਂਟ ਆ ਜਾਂ ਜਿੰਨੀ ਕੁ ਮੈਨੂੰ ਸਮਝ ਆ ਕਿ ਇਸ ਚਾਲ ਨਾਲ ਘੋੜੇ ਨੂੰ ਆਪਾਂ ਜਿੰਨੀ ਮਰਜ਼ੀ ਲੰਬੀ ਦੂਰੀ ਤੱਕ ਘੋੜੇ ਨੂੰ ਲਿਜਾ ਸਕਦੇ ਹੁੰਦੇ ਹਾਂ, ਘੋੜਾ ਥੱਕਦਾ ਨਹੀਂ, ਕਦੇ ਨਾ ਕਦੇ ਥੋੜ੍ਹਾ ਬਹੁਤਾ ਉੱਖੜ ਜਾਂਦਾ। ਅਤੇ ਇੱਕ ਆਹ ਇਹੋ ਜਿਹੇ ਪੰਗੇ ਵੀ ਜਾਣਦਾ ਮਾੜੇ ਮੋਟੇ, ਆਹ ਵੀ ਕਰਵਾਉਣ ਜਾਣਦਾ। ਆਹ ਦੇਖੋ, ਮੈਨੂੰ ਨਹੀਂ ਪਤਾ, ਮੈਂ ਬਹੁਤਾ ਨਹੀਂ ਜਾਣਦਾ ਕਿ ਇਹ ਘੋੜੇ ਦੀ ਕੋਈ ਚਾਲ ਦਾ ਹਿੱਸਾ ਜਾਂ ਇਹਨੂੰ ਕੋਈ ਸਪੈਸ਼ਲ ਕਿਸ ਐਕਸ਼ਨ ਨੂੰ ਕੋਈ ਸਪੈਸ਼ਲ ਨਾਮ ਦਿੱਤਾ ਜਾਂਦਾ ਘੋੜਿਆਂ ਦੀ ਦੁਨੀਆ 'ਚ, ਇਹਦੇ ਬਾਰੇ ਮੈਨੂੰ ਹਜੇ ਨਹੀਂ ਪਤਾ। ਖੈਰ ਜੇ ਕਿਸੇ ਨੂੰ ਪਤਾ ਹੋਵੇ ਤਾਂ ਇਸ ਚਾਲ ਬਾਰੇ ਵੀ ਜ਼ਰੂਰ ਦੱਸੇ ਕੋਈ ਸੱਜਣ ਕਿ ਇਹਨੂੰ ਕੀ ਆਖਿਆ ਜਾਂਦਾ ਜਿਹੜਾ ਖੜ ਕੇ ਘੋੜਾ ਨੱਚਦਾ, ਇਹਨੂੰ ਨਾਚ ਹੀ ਆਖਿਆ ਜਾਂਦਾ ਜਾਂ ਕੋਈ ਗੱਲ ਹੋਰ ਬਾਤ ਆ। ਅਤੇ ਘੋੜੇ ਦੀ ਚਾਲ ਚੈੱਕ ਕਰਿਓ ਮਾੜਾ ਜਿਹਾ ਯਾਰ, ਕਿਵੇਂ ਆ ਚਾਬਕ ਸਾਡਾ, ਕੀ ਸਿਖਾਇਆ ਇਹਨੇ ਘੋੜੇ ਨੂੰ, ਆਹ ਦੇਖਿਓ। ਮੈਨੂੰ ਖੈਰ ਮੇਰੇ ਆਪਦੇ ਮਨ ਨੂੰ ਸੋਹਣਾ ਤੁਰਦਾ ਲੱਗਿਆ ਘੋੜਾ ਕਿ ਚੰਗਾ ਤੋਰਿਆ। ਬਾਕੀ ਹਰੇਕ ਬੰਦੇ ਦਾ ਟੇਸਟ ਕਹਿ ਸਕਦੇ ਹਾਂ। ਆਹ ਦੇਖਿਓ ਮਾੜਾ ਜਿਹਾ ਚੈੱਕ ਕਰਿਓ। ਅਤੇ ਇਕੱਲਾ ਬਾਬੇ ਤੋਂ ਹੀ ਨਹੀਂ ਚੈੱਕ ਕਰਵਾਉਣਾ, ਆਪਾਂ ਆਪ ਵੀ ਬੈਠਾਂਗੇ, ਬੱਚਿਆਂ ਨੂੰ ਵੀ ਬਿਠਾਵਾਂਗੇ, ਆਪਾਂ ਸਾਰਿਆਂ ਨੇ ਹੀ ਬੈਠਣਾ, ਫਿਰ ਹੀ ਆਪਾਂ ਉਦੋਂ ਬਾਅਦ ਆਪਾਂ ਕੁਛ ਕਹਿ ਸਕਦੇ ਹਾਂ। ਦੂਜੀ ਗੱਲ, ਜੇ ਕਿਸੇ ਨੇ ਹੋਰ ਘੋੜਾ ਤਰਾਉਣਾ ਹੋਇਆ ਬਾਬੇ ਬੂਟੇ ਕੋਚ ਤੋਂ, ਉਹ ਤੁਸੀਂ ਤੁਹਾਡੀ ਡੀਲ ਆਪਣੀ ਆ ਕਿ ਤੁਸੀਂ ਡੀਲ ਕਿਵੇਂ ਕਰਦੇ ਆ ਜਾਂ ਬਾਬਾ ਕੀ ਮੰਗਦਾ ਹੈ ਉਹਦਾ ਤੋਰਨ ਦਾ ਜਾਂ ਕੀ ਹੁੰਦਾ, ਉਹ ਹੁਣ ਮੈਨੂੰ ਨਹੀਂ ਪਤਾ ਕਿਉਂਕਿ ਮੈਂ ਕਦੇ ਆਪਣਾ ਘੋੜਾ ਨਹੀਂ ਤਰਵਾਇਆ। ਮੈਂ ਕਦੇ ਐਵੇਂ ਕਹਿ ਦਿਆਂ ਕਿ ਮੈਨੂੰ ਪਤਾ ਕਿ ਇੰਨੇ ਪੈਸੇ ਦਿੱਤੇ ਜਾਂਦੇ ਆ ਜਾਂ ਕਿਵੇਂ ਆ, ਉਹ ਤੁਹਾਡਾ ਆਪਣਾ ਕਿ ਤੁਸੀਂ ਕੀ ਕਰਨਾ। ਮੈਨੂੰ ਤਾਂ ਇੰਨਾ ਪਤਾ ਕਿ ਬਾਬੇ ਦਾ ਤੋਰਿਆ ਵਾ ਭਰਾਵੋ, ਵੱਡਾ ਟੈਡਾ ਮੇਰਾ, ਥੱਲੋਂ ਥੁੱਲੋਂ ਤਾਂ ਨਹੀਂ ਚੜ੍ਹਿਆ ਜਾਂਦਾ, ਐਂ ਚੱਕ ਚੁੱਕ ਕੇ ਉੱਤੇ ਸਿੱਟਣਾ ਪੈਂਦਾ ਮੈਨੂੰ ਤਾਂ। ਹਾਂ, ਤੋਰ ਕੇ ਜ਼ਰੂਰ ਵੇਖਿਆ,
मैं भी तोरना तारना आउंदा है नहीं गा, भी तुरे वे तो बहना ही आउंदा, ते मैं भी वेख्या चेक करके भी किवें तुरदा है। आ जाओ आप चलते हैं सड़क ते, फिर लैके घोड़ा देखते हैं किवें किन्नी चाल इन्हे मेरे अर्गे ढिडल बंदे नूं किन्ना कु भड़काउंदा है। आ जाओ कर लो चेक, आ वेख्यो माड़ा जिहा किवें आ। ते सब तो वड्डी गल ये है कि डरनों डुरनों भी हट गया घोड़ा, कोस कोल दी नंगी जावे कोई मुश्किल नहीं। ते खैर मैनू मेरे अनुभव के मुताबिक जिन्ना क मैं ये उत्ते बैठ के महसूस किया घोड़े दे, मैनू ठीक लग्या। आ निक्की चाल भी तोर के फिर मैं वेख्या, मैं कहा भी आ गेयर भी ला के देखते हैं आपां। ते निक्की चाल च भी खैर सोहना तुरदा सीगा घोड़ा। ते बाकी सब तो वड्डी गल ए भी जिथे खड़ाउणा चाहुंदे आ जां जिथे रोकना चाहुंदे रुकदा। फिर असीं आ इक नवां सवार बिठाया गुरशरन सिंह बराड़, मेरा भाणजा है। फिर असीं कहा भी तूं भी चैक करके आ भी की आंदा है घोड़ा। फिर इन्हें भी चैक किया खैर घोड़ा, तो घोड़ा इहदे तों भी चंगा तुरिया। फिर असीं कहा भी ठीक आ हुण पास आ। फिर असीं इक निक्का उदू निका साहिलदीप सिंह मेरा बेटा बड़ा, ये सिटिया उत्ते चक के कहा तू भी चेक कर भी ये गेयर गूर केड़े आ। फिर इन्हें गेयर लाया, पहला तो जो उत्ते बैठा बैठा ये तो गलती ना बैक गेयर ला गया घोड़े का। फिर असी कहा भी नहीं गांह वाला गेयर पा, फिर गांह वाला गेयर पाया इन्हें, फिर गांह वाले गेयर ज चंगा तुरया। खैर आ सीन मलो वो अपने जोड़ा कैमरा मैं थोनू मुढ़ च दिखाया सी, आ हिलदा हुलदा सीन उहदा लिया होया, गुस्सा ना मन जो भी हिलदा सीन दिखाता ये हुण उहदा। बाकी घोड़ा किवें लग्या, चाल किवें लगी दस्यो, आने वाले दिनों दे विच आपां इस घोड़े की फुल वीडियो लैके आवांगे, इहदे खानदान बारे ये की आ कित्थों दा ते उह सारा कुछ दसांगे। तद तक लई धन्नवाद, तुहाडा वीडियो देखण लई वीडियो शेयर कर दिओ भरा, बण के ज्यौंदे रहो।